स्वागत है किसान वीरो तुहाडा सिद्क डेयरी फार्मिंग दे विच। किसान वीरो अज जिहड़ी वीडियो बना रहे हैं पिंड खारा, ये पिंड फरीदकोट जिले का, तो इनू कोटकपुरा तहसील पैंदी है। कोटकपुरे तो श्री मुक्तसर साहब मेन रोड के उत्ते पिंड आउंदा, जिहड़े घर चों मैं वीडियो बना रहा बई व्यापार का काम करदा, वीडियो चैनल पर पहलां तो अपलोड होंदियां इस बई कोलों। अज चार नाग दिखाऊंगा दोस्तों, जिहदे च इक वड्डी गां सामने खड़ी देख रहे हो, ये नाल एक वैड गब्बन, एक जर्सी प्योर जर्सी जी भी गब्बन है, तो एक क्रॉस ब्रीड गां होर गब्बन खड़ी है बई को। नाग चार दिखा दूंगा, तुम वीडियो एंड तक देखियो। जिहड़ा पशु जच गया, बेनती हरेक वीडियो ये होंगी है भी आके पशु देखना तुसी है, तुसी आपदी मर्जी दे नाल जे थोनू पशु जचता फिर तुसी उहदा सौदा करना हुंदा, पर तसली हरेक पक्ष तो तुसी मालक दे घरे करनी हुंदी है। आओ गलबात करते हैं, पहला क्रॉस ब्रीड गां तो वीडियो की शुरुआत करते हैं। काले भाई सत श्रीकाल। सत श्रीकाल जी। आई जांदे काले भाई रूटीन ते माल खोल लेंदा। पहले नंबर ते वैड जिहड़ी, हां जी जर्सी दी क्रॉस है जी, पहला सूआ ते चार दंद है। ਕਿੰਨੇ ਕਿੰਨੇ ਲਓ ਕਿਸੇ ਇਹ ਹਫਤਾ ਬਾਕੀ ਹੈ ਜੀ। ਰੇਟ ਇਹਦਾ ਕੀ ਕਰਦੇ? ਇਹ ਰੇਟ ਇਹਦਾ 45,000 ਰੁਪਏ ਲਵਾਂਗੇ। ਠੀਕ ਹੈ, ਖੋਲੀ ਬਈ। ਸੋ ਦੋਸਤੋ ਇਹ ਕ੍ਰੋਸ ਬਰੀਡ ਗਾਂ ਹੈ, ਪਹਿਲਾ ਸੂਆ ਹੈ, ਚਾਰ ਦੰਦ ਹੈ, ਕੱਦ ਕੱਟ ਚੰਗੇ ਦੀ ਹੈ ਤੇ ਰੰਗ ਬਹੁਤ ਸੋਹਣਾ ਲਾਲ ਰੰਗ ਹੈ। ਸੁਭਾਅ ਦੀ ਬਹੁਤ ਚੰਗੀ ਹੈ। ਸੁਭਾਅ ਦੀ ਬਾਈ ਕਹਿੰਦਾ ਵੀ ਇਹ ਚੰਗੀ ਹੈ, ਚੰਗੀ ਵਰਤਿਆਂ ਪਤਾ ਲੱਗਣਾ, ਤੇ ਉਹਦੇ ਲਈ ਤੁਸੀਂ ਇਸ ਗਾਂ ਨੂੰ ਖਰੀਦ ਸਕਦੇ ਹੋ। ਲੈ ਚੱਲ ਬਈ ਅੱਗੇ ਨੂੰ, ਜਿਹਨੂੰ ਪਸੰਦ ਆਵੇ ਦੋਸਤੋ। ਸੋਹਣਾ ਰੰਗ ਰੂਪ ਤੇ ਜਰਸੀ ਸੀਮਣ ਇਹਦੇ ਲਵਾਇਓ, ਰੈੱਡ ਕਲਰ ਦੇ ਵਿੱਚ ਹੈ ਇਹ, ਤਾਂ ਬੱਚੇ ਜਰਸੀ 'ਚ ਵੀ ਪਾਊਗੀ ਅਤੇ ਸਾਹੀਵਾਲ ਦੇ ਬੱਚੇ ਵੀ ਤੁਸੀਂ ਇਹ ਤੋਂ ਲੈ ਸਕਦੇ ਹੋ। ਹਵਾਨਾ ਥੋੜ੍ਹਾ ਅਗਲੇ ਪਾਸੇ ਵੱਧ ਦਿਖਾਊਗੀ, ਅਗਾੜੀ ਚੰਗੀ ਭਰੀ ਬੈਠੀ ਹੈ, ਥਣ ਹੱਥੀ ਚਵਾਈ ਵਾਲਾ ਰਹੂਗਾ, ਚਿਹਰੇ ਦੀ ਬਣਾਵਟ ਅਤੇ ਰੰਗ ਰੂਪ ਤੁਹਾਡੇ ਸਾਹਮਣੇ ਆ, ਯੂਨੀਕ ਜਿਹਾ ਕਲਰ ਹੈ। 45,000 ਇਹਦਾ ਰੇਟ ਹੈ। ਇਹ ਗਰਮੀ ਘੱਟ ਮਨਾਉਣ ਵਾਲੀਆਂ ਗਾਵਾਂ ਹੁੰਦੀਆਂ ਦੋਸਤੋ, ਇਸ ਰੁੱਤ 'ਚ ਕਾਮਯਾਬ ਰਹਿੰਦੀਆਂ। ਬਾਕੀ ਦੁੱਧ ਕਿਉਂਕਿ ਇਹ ਥੋੜ੍ਹਾ ਇਹਦੇ 'ਚ ਦੇਸੀ ਪਾਉਣਾ, ਤਾਂ ਇਹ ਦੁੱਧ ਇਹਦਾ ਸੰਘਣਾ ਰਹੂਗਾ। ਸੋ ਜਿਹਨੂੰ ਪਸੰਦ ਆਵੇ ਦੋਸਤੋ, ਤਾਂ ਸੋਹਣੇ ਕੱਦ ਕਾਠ ਦੀ ਇਹ ਸੋਹਣੀ ਬੈਡ, ਥਣ ਚਾਰੇ ਇੱਕੋ ਜਿਹੇ ਜਿਹੇ ਦਿਸਦੇ ਆ, ਅਤੇ ਸੋਹਣਾ ਸਾਈਜ਼ ਥਣਾਂ ਦਾ ਹੱਥੀਂ ਚਵਾਈ ਵਾਲਾ। ਇਹ ਤੋਂ ਅੱਗੇ ਗਾਂ ਜਰਸੀ 'ਚ ਹੈ। ਕਾਲੇ ਭਾਈ ਕਿੰਨਾ ਮਸੂ ਹੈ? ਇਹ ਦੂਜਾ ਸੂਆ ਸੋਊਗੀ। ਦਿਨ ਕਿੰਨੇ ਕੁ ਲਊਗੀ? ਦਿਨ ਇਹ 5-4 ਦਿਨ ਲੈ ਜੂਗੀ। ਕੀ ਰੇਟ ਕਰਦੇ ਹੋ? ਇਹ ਰੇਟ ਬਸ ਇਹਦਾ 62,000 ਰੁਪਏ ਲਵਾਂਗੇ। ਠੀਕ ਹੈ, ਖੋਲੀ। ਪਹਿਲੇ ਸੂਏ ਮੈਂ ਮਾਲਕਾਂ ਨੇ 22 ਕਿਲੋ ਦੁੱਧ ਦੇ ਤੁਸੀਂ। ਠੀਕ ਹੈ, ਖੋਲੀ। ਸੋ ਦੱਸੋ 62,000 ਰੇਟ ਹੈ, ਅਤੇ ਦੂਜਾ ਸੂਆ ਹੱਥੀਂ ਚਵਾਈ ਵਾਲਾ ਥਣ, ਬਹੁਤ ਸੋਹਣਾ ਸਰੀਰ, ਨਰੋਆ ਹੈ, ਜਰਸੀ ਗਾਵਾਂ ਵਾਲੇ ਹਿਸਾਬ 'ਤੇ ਕੱਦ ਆ ਦੱਸੋ, ਜਿੰਨਾ ਕੁ ਜਰਸੀ ਗਾਵਾਂ ਦਾ ਆਮ ਤੌਰ 'ਤੇ ਤੁਸੀਂ ਕੱਦ ਦੇਖਦੇ ਹੋ। ਹਵਾਨਾ ਚੰਗਾ ਬਣਾਉਂਦੀ ਆਉਂਦੀ ਹੈ, ਗਰਮੀ ਦੀ ਰੁੱਤ ਹੈ, ਕਈ ਵਾਰ ਪਸ਼ੂ ਪਹਿਲਾਂ ਵੀ ਸੋ ਸਕਦਾ, ਪਰ ਹੋ ਸਕਦਾ 2-4 ਦਿਨ ਹਜੇ ਵਹਿੜੇ ਲੈ ਜੇ। ਸੰਭੀ ਚੰਗੀ ਹੈ, ਸਿਹਤ ਸੋਹਣੀ ਹੈ। ਸੋ 62,000 ਇਸ ਗਾਂ ਦਾ ਬਾਈ ਨੇ ਰੇਟ ਰੱਖਿਆ। ਹਵਾਨਾ ਚੰਗਾ ਦਿਖਾ ਰਹੀ ਹੈ ਬਾਈ, ਮੋੜ ਲਾ ਬਸ, ਠੰਡੀ ਸੀਲ ਦੱਸੋ, ਫੁੱਲ ਅਤੇ ਬਰੀਡ ਦੀ ਠੰਡੀ ਹੁੰਦੀ। ਸੋ ਜਰਸੀ ਵੈਡ, ਜਰਸੀ ਗਾਂ ਫੋਰ ਸੇਲ ਆ। ਇਹਦਾ ਰੇਟ 62,000 ਹੈ। ਇਹਦੋਂ ਅੱਗੇ HF 'ਚ ਵੈਡ ਦੱਸੋ ਪੈਂਦੀ ਹੈ, ਇਹ ਸੋਹਣੀ ਤਿਆਰ ਹੁੰਦੀ ਆਉਂਦੀ ਲੱਗਦੀ ਹੈ। ਬਾਕੀ ਜੋ ਤੁਰੂਗੀ ਹਵਾਨਾ ਆਪਾਂ ਨੂੰ ਕਨਫਰਮ ਹੋ ਜਾਣਾ। ਕਿੰਨਾ ਮਸੂ ਆ ਬਈ? ਇਹ ਪਲੂਨ ਆ ਜੀ, ਖੀਰੀ ਤੋਂ ਧੋਂਦੀ ਹੁੰਦੀ ਆ ਜੀ। ਠੀਕ ਹੈ, ਕਿੰਨਾ ਟਾਈਮ ਬਾਕੀ ਹੈ? ਇਹ 5-4 ਦਿਨ ਲਓ ਜੀ। ਰੇਟ ਇਹਦਾ? ਰੇਟ ਇਹਦਾ 62,000 ਰੁਪਏ। ਖੋਲੀ, ਰੇਟ ਇਹਦਾ ਵੀ 62,000 ਦੱਸੋ, ਅਤੇ ਇਹ ਦੋਂਦ ਵਾਲੇ ਦੰਦ ਚੱਕ ਰਹੀ ਹੈ। ਬਹੁਤ ਸੋਹਣਾ ਥਣ ਦਾ ਸਾਈਜ਼ ਦੱਸੋ, ਪਸੰਦ ਆਊਗੀ ਤੁਹਾਨੂੰ, ਰੇਟ ਤੋਂ ਵੀ ਅਤੇ ਥਣ ਹਵਾਨੇ ਤੋਂ ਵੀ। ਹਵਾਨਾ ਵੀ ਚੰਗਾ ਦਿਖਾਉਂਦੀ ਹੈ, ਕੱਦ ਵੀ ਸੋਹਣਾ ਹੈ, ਹਜੇ ਦੋਂਦੀ ਹੋ ਰਹੀ ਹੈ ਵੈੜ, ਉਮਰ ਵੀ ਛੋਟੀ 'ਚ ਹੈ। ਬਹੁਤ ਸੋਹਣਾ ਥਣ ਦਾ ਸਾਈਜ਼ ਇਸ ਵੈੜ ਨੇ ਰੱਖਿਆ, ਚਿਹਰੇ ਦੀ ਬਣਾਵਟ ਇਹਦੀ ਦੇਖ ਸਕਦੇ ਹੋ। ਤੋਰ ਲਾ ਬਾਈ, ਕੋਈ ਗੱਲ ਨਹੀਂ, ਆ ਕੇ ਦੇਖ ਲਓ ਜਿਹਨੇ ਦੇਖਣੀ। ਸੋ ਦੰਦ ਦੋਸਤੋ ਆ ਕੇ ਤੁਸੀਂ ਕਨਫਰਮ ਕਰ ਲਓ, ਪਸ਼ੂ ਨੂੰ ਪਰੇਸ਼ਾਨ ਨਹੀਂ ਕਰਦੇ ਆਪਾਂ, ਵੈਸੇ ਤੁਹਾਨੂੰ ਦੱਸਤਾ ਵੀ ਇਹ 2 ਦੰਦ ਹੈ। ਸੋਹਣੇ ਢਾਂਚੇ ਦੀ ਹੈ, ਸੋਹਣੀ ਬਣਾਵਟ ਚਿਹਰੇ ਦੀ, ਰੇਟ ਵੀ ਇਹਦਾ ਵਾਜਬ ਬਾਈ ਨੇ ਰੱਖਿਆ, 62,000 ਰੁਪਇਆ ਡਿਮਾਂਡ ਹੈ। ਮਾਨ ਤਾਨ ਥੋੜ੍ਹਾ ਬਹੁਤ ਕਰ ਹੀ ਦਿੰਦਾ ਹੁੰਦਾ ਕੋਈ ਵੀ ਵੀਰ ਵਪਾਰ ਦਾ ਕੰਮ ਕਰਦਾ ਜਿਹੜਾ ਮੌਕੇ ਦੇ ਉੱਤੇ। ਹਵਾਨਾ ਚੰਗਾ ਤਿਆਰ ਕਰਦੀ ਹੁੰਦੀ, ਥੱਲੇ ਨੂੰ ਜਾਊਗੀ ਤਾਂ ਹਵਾਨਾ ਤੁਹਾਨੂੰ ਖੁੱਲ੍ਹ ਕੇ ਇਹਦਾ ਨਜ਼ਰ ਆਊਗਾ, ਇੱਦਾਂ ਦਾ ਰੁੱਖ ਹੈ ਦੋਸਤੋ ਇਹਦੇ ਹਵਾਨੇ ਦਾ। ਇਹਦਾ ਢਾਂਚਾ ਤੁਸੀਂ ਦੇਖ ਸਕਦੇ ਹੋ। ਇੱਕ ਵੱਡੀ ਗਾਂ ਤੁਹਾਨੂੰ ਦਿਖਾਉਣਾ ਦੱਸੋ, ਚੰਗੇ ਕੱਦ ਕਾਠ ਦੀ ਹੈ, ਨਰੋਈ ਨਿੱਗਰ, ਇਹਦੀ ਵੀ ਡਿਟੇਲ ਆਪਾਂ ਬਾਈਕ ਤੋਂ ਪੁੱਛਦੇ ਹਾਂ।
ਕਾਲੇ ਭਾਈ ਕਿੰਨਾ ਸੂਆ ਇਹ ਦੂਜਾ ਸੂਆ ਸੂ ਵੀ ਦਿਨ ਕਿੰਨੇ ਲਓਗੇ ਇਹਦੇ ਮਾਲਕਾਂ ਨੇ ਦੱਸਣ ਤਾਰ ਬਈ 10 ਤੋਂ 12 ਦਿਨ ਲਓਗੇ ਠੀਕ ਹੈ ਕੀ ਰੇਟ ਕਰਦੇ ਇਹਦਾ ਇਹ ਬਸ ਇਹਦੇ 80,000 ਰੁਪਏ ਲਵਾਂਗੇ ਠੀਕ ਹੈ ਖੋਲੀ ਜੇ ਸੈਲ ਹੁੰਦੀ ਫਿਰ ਰੁਪਇਆ ਲੱਖ ਲੈਂਦੇ ਦਾ ਠੀਕ ਹੈ ਖੋਲੀ ਬਾਈ ਸੋ ਗਰਮੀ ਦੀ ਰੁੱਤ ਹੈ ਉਹਦੇ ਕਰਕੇ ਬਾਈ ਕਹਿੰਦਾ ਵੀ 80,000 ਰੁਪਇਆ ਇਸ ਗਾਂ ਦਾ ਮੁੱਲ ਲੈਣਾ ਵੱਡੇ ਕੱਦ ਕਾਠ ਦੀ ਵੱਡੀ ਗਾਂ थोड़ी क्रॉस अंग च है पर दुध नूं चंगी निकलूगी क्योंकि थान बहुत सोहना तो हवाना भी बहुत सोहना बनाऊगी जे दिन पए है हवाना रखूगी भी खुचा दे बराबर ही थान दा सहज दोस्तों बहुत सोहना दूर तो भी नज़र आ रहा वड्डे ढांचे च है ठंडी सील है बाकी तुसीं आके देख लेना ये गावां ठंडियां ही रहिंदियां हुंदियां हवाने दे उत्ते नाड़ां जिहड़ियां उह भी बहुत सोहणियां ने तो ढांचा भी तुसी देख सकते हो चंगे एच एफ के बच्चे इस गां तो तुसी लै सकते हो नरोई निगर है वजन वाली गां जिन्हों पसंद आवे कॉल कर लो जी सो अज की वीडियो से नाग वीर कोल विकरी वाले जिहड़े चार है तुहानू चारे दिखाते हैं तसली करन लई इत्थे पहुँच सकते हो धन्यवाद।